ਟੋਇਲਟ ਦੀ ਵਰਤੋਂ ਕਰਨਾ। ਕੁਰਸੀ ਅਤੇ ਪਲੰਘ ਦੀ ਤਰ੍ਹਾਂ ਟੋਇਲਟ ਸੀਟ ਤੁਹਾਡੇ ਗੋਡੇ ਦੇ ਉੱਪਰਲੇ ਹਿੱਸੇ ਤੋਂ 2 ਇੰਚ ਉੱਚੀ ਹੋਣੀ ਚਾਹੀਦੀ ਹੈ। ਉੱਚੀ ਕੀਤੀ ਟੋਇਲਟ ਸੀਟ ਸਤਹ ਨੂੰ ਸਹੀ ਉਚਾਈ 'ਤੇ ਲਿਆ ਸਕਦੀ ਹੈ। ਟੋਇਲਟ 'ਤੇ ਬੈਠਣ ਜਾਂ ਉੱਠਣ ਸਮੇਂ ਆਪਣੀਆਂ ਬਾਹਾਂ ਨੂੰ ਸਹਾਰਾ ਦੇਣਾ ਜ਼ਰੂਰੀ ਹੈ। ਤੁਸੀਂ ਟੋਇਲਟ ਨਾਲ ਲਗਾਇਆ ਜਾ ਸਕਣ ਵਾਲਾ ਸੁਰੱਖਿਆ ਫਰੇਮ ਜੋੜ ਸਕਦੇ ਹੋ, ਜਾਂ ਕੁਝ ਉੱਚੀਆਂ ਕੀਤੀਆਂ ਟੋਇਲਟ ਸੀਟਾਂ 'ਚ ਪਹਿਲਾਂ ਤੋਂ ਹੀ ਬਾਹਾਂ ਲਈ ਹੱਥੇ ਬਣੇ ਹੁੰਦੇ ਹਨ। ਜੇ ਤੁਸੀਂ ਹੱਥਿਆਂ ਦੀ ਵਰਤੋਂ ਨਹੀਂ ਕਰ ਰਹੇ ਤਾਂ ਬਾਥਰੂਮ ਦਾ ਕਾਊਂਟਰਟੌਪ ਇੰਨਾ ਕੁ ਨਜ਼ਦੀਕ ਹੁੰਦਾ ਹੈ ਕਿ ਤੁਸੀਂ ਖੜ੍ਹੇ ਹੋਣ ਲਈ ਉਸਦਾ ਸਹਾਰਾ ਲੈ ਸਕਦੇ ਹੋ। ਬੈਠਣ ਲਈ ਉੱਚੀ ਕੀਤੀ ਟੋਇਲਟ ਸੀਟ ਵੱਲ ਪਿੱਠ ਕਰਕੇ ਉਸੇ ਤਰ੍ਹਾਂ ਜਾਓ ਜਿਵੇਂ ਤੁਸੀਂ ਕੁਰਸੀ ਜਾਂ ਪਲੰਘ 'ਤੇ ਬੈਠਣ ਲਈ ਜਾਓਗੇ। ਜਦੋਂ ਤੁਸੀਂ ਟੋਇਲਟ ਸੀਟ ਆਪਣੀਆਂ ਲੱਤਾਂ ਦੇ ਪਿੱਛੇ ਮਹਿਸੂਸ ਕਰੋ ਤਾਂ ਆਪਣੀ ਸਰਜਰੀ ਵਾਲੀ ਲੱਤ ਅੱਗੇ ਨੂੰ ਪਸਾਰੋ, ਆਪਣੀ ਮਜ਼ਬੂਤ ਲੱਤ ਨੂੰ ਥੋੜ੍ਹਾ ਜਿਹਾ ਮੋੜੋ ਅਤੇ ਦੋਵੇਂ ਬਾਹਾਂ ਦੀ ਵਰਤੋਂ ਕਰਦਿਆਂ ਸੀਟ ਉੱਪਰ ਬੈਠ ਜਾਓ। ਉੱਠਣ ਲਈ ਸੀਟ ਉੱਪਰ ਅੱਗੇ ਨੂੰ ਖਿਸਕੋ, ਆਪਣੀ ਸਰਜਰੀ ਹੋਈ ਲੱਤ ਅੱਗੇ ਨੂੰ ਪਸਾਰੋ ਅਤੇ ਫਿਰ ਆਪਣੀ ਮਜ਼ਬੂਤ ਲੱਤ ਅਤੇ ਬਾਹਾਂ ਦੇ ਜ਼ੋਰ ਨਾਲ ਉੱਠ ਜਾਓ। ਸੰਤੁਲਨ ਲਈ ਇਹ ਨਿਸ਼ਚਿਤ ਕਰੋ ਕਿ ਤੁਸੀਂ ਦੋਵੇਂ ਹੱਥਾਂ 'ਤੇ ਜ਼ੋਰ ਪਾਓ। ਟੋਇਲਟ ਸੀਟ ਤੋਂ ਉੱਠਣ ਸਮੇਂ ਤੌਲੀਏ ਲਈ ਬਣੇ ਰੈਕ ਜਾਂ ਟੋਇਲਟ ਰੋਲ ਨੂੰ ਹੱਥ ਨਾ ਪਾਓ। ਇਹ ਕੰਧ ਤੋਂ ਆਸਾਨੀ ਨਾਲ ਉਖੜ ਸਕਦੇ ਹਨ ਅਤੇ ਤੁਸੀਂ ਡਿੱਗ ਸਕਦੇ ਹੋ। ਜੇ ਤੁਹਾਨੂੰ ਬਾਥਰੂਮ ਵਿੱਚ ਵਾਧੂ ਸਹਾਰਾ ਚਾਹੀਦਾ ਹੈ ਤਾਂ ਗ੍ਰੈਬ ਬਾਰਾਂ ਲਗਾਉਣ ਬਾਰੇ ਵਿਚਾਰ ਕਰੋ।